ਜੈਸਮਿਨ ਸੈਂਡਲਸ ਨੂੰ ਪੰਜਾਬੀ ਇੰਡਸਟਰੀ ਦੀ ਗੁਲਾਬੀ ਕੁਈਨ ਕਿਹਾ ਜਾਂਦਾ ਹੈ। ਜੈਸਮਿਨ ਸੈਂਡਲਸ ਆਪਣੀ ਦਮਦਾਰ ਆਵਾਜ਼ ਦੇ ਕਾਰਨ ਕਾਫੀ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੀ ਹੈ। ਕਈ ਸਾਰੇ ਉਹਨਾਂ ਦੇ ਫੈਨਸ ਨੇ ਜੋ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਇਵਨ ਜੈਸਮਿਨ ਸੈਂਡਲਸ ਦੀ ਸੋਸ਼ਲ ਮੀਡੀਆ ਗੇਮ ਵੀ ਕਾਫੀ ਜ਼ਿਆਦਾ ਸਟਰੋਂਗ ਹੈ। ਜੈਸਮਿਨ ਸੈਂਡਲਸ ਅਕਸਰ ਆਪਣੇ ਫੈਨਸ ਨੂੰ ਕਹਿੰਦੀ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਆਪਣੇ ਹਿਸਾਬ ਦੇ ਨਾਲ ਜੀਣੀ ਚਾਹੀਦੀ ਹੈ ਤੇ ਲੋਕਾਂ ਦੀ ਜ਼ਿਆਦਾ ਪਰਵਾਹ ਨਹੀਂ ਕਰਨੀ ਚਾਹੀਦੀ। ਜੈਸਮਿਨ ਸੈਂਡਲਸ ਨੂੰ ਸ਼ੁਰੂ ਤੋਂ ਗੁਲਾਬੀ ਕੁਈਨ ਕਿਹਾ ਜਾਂਦਾ ਹੈ, ਪਰ ਕੀ ਤੁਹਾਨੂੰ ਪਤਾ ਹੈ ਕਿ ਆਖਿਰਕਾਰ ਉਹਨਾਂ ਨੂੰ ਇਨਾਮ ਕਿਸ ਤਰ੍ਹਾਂ ਮਿਲਿਆ ਅਤੇ ਕਿਉਂ ਜੈਸਮਿਨ ਸੈਂਡਲਸ ਨੇ ਗੁਲਾਬੀ ਕੁਈਨ ਨੂੰ ਇੰਨੀ ਜ਼ਿਆਦਾ ਤਵੱਜੋ ਦਿੱਤੀ? ਜੈਸਮਿਨ ਸੈਂਡਲਸ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਉਹਨਾਂ ਦੀ 2012 ਦੇ ਵਿੱਚ ਐਲਬਮ ਰਿਲੀਜ਼ ਹੋਈ ਸੀ ਗੁਲਾਬੀ, ਅਤੇ ਇਸ ਐਲਬਮ ਨੂੰ ਪਿਆਰ ਮਿਲਿਆ, ਪਰ ਇਸ ਦੇ ਨਾਲ ਹੀ ਉਹਨਾਂ ਦੀ ਕੁਝ ਫੀਮੇਲ ਫੈਨ ਸੀਗੀਆਂ ਜਿਨ੍ਹਾਂ ਨੇ ਉਹਨਾਂ ਨੂੰ ਗੁਲਾਬੀ ਕੁਈਨ ਕਹਿਣਾ ਸ਼ੁਰੂ ਕਰ ਦਿੱਤਾ। ਤੇ ਜੈਸਮਿਨ ਸੈਂਡਲਸ ਨੇ ਸੋਚਿਆ ਕਿ ਇਹ ਨਾਮ ਕਾਫੀ ਜ਼ਿਆਦਾ ਕਲਾਸੀ ਹੈ ਅਤੇ ਵਧੀਆ ਵੀ ਲੱਗ ਰਿਹਾ ਹੈ, ਜਿਸ ਕਾਰਨ ਉਹਨਾਂ ਨੇ ਇਹ ਨੇਮ ਚੂਜ਼ ਕਰ ਲਿਆ ਅਤੇ ਆਪਣੇ ਆਪ ਨੂੰ ਗੁਲਾਬੀ ਕੁਈਨ ਕਹਿਣਾ ਸ਼ੁਰੂ ਕਰ ਦਿੱਤਾ, ਅਤੇ ਇਸ ਤੋਂ ਬਾਅਦ ਹੀ ਉਹ ਪੰਜਾਬੀ ਇੰਡਸਟਰੀ ਦੀ ਵੀ ਗੁਲਾਬੀ ਕੁਈਨ ਬਣ ਗਈ। ਐਂਡ ਰਾਈਟ ਨਾਉ ਜੈਸਮਿਨ ਸੈਂਡਲਸ ਪੰਜਾਬੀ ਇੰਡਸਟਰੀ ਦੀ ਗੁਲਾਬੀ ਕੁਈਨ ਦੇ ਨਾਲ ਨਾਲ ਇੱਕ ਬੋਲਡ ਸਿੰਗਰ ਦੇ ਨਾਮ ਦੇ ਨਾਲ ਵੀ ਜਾਣੀ ਜਾਂਦੀ ਹੈ, ਕਿਉਂਕਿ ਜੈਸਮਿਨ ਸੈਂਡਲਸ ਹਮੇਸ਼ਾ ਆਪਣੇ ਗਾਣਿਆਂ ਦੇ ਰਾਹੀਂ ਲੋਕਾਂ ਨੂੰ ਇੰਸਪਾਇਰ ਕਰਦੀ ਹੈ। ਜੈਸਮਿਨ ਸੈਂਡਲਸ ਨੇ ਬਹੁਤ ਜਲਦ ਹੀ ਸਿੰਗਿੰਗ ਦੇ ਵਿੱਚ ਆਪਣਾ ਕਰੀਅਰ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਵੈਸੇ ਤਾਂ ਜੈਸਮਿਨ ਸੈਂਡਲਸ ਜਲੰਧਰ ਤੋਂ ਹੈ, ਬਟ 12 ਸਾਲ ਦੀ ਉਮਰ ਦੇ ਵਿੱਚ ਉਹ ਕੈਲੀਫੋਰਨੀਆ ਚੱਲ ਗਈ ਸੀ। ਕਿਹਾ ਜਾਂਦਾ ਹੈ ਕਿ ਜੈਸਮਿਨ ਸੈਂਡਲਸ ਨੂੰ ਸ਼ੁਰੂ ਤੋਂ ਗਾਣੇ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਪਹਿਲਾਂ ਤਾਂ ਉਹ ਗੀਤ ਲਿਖਦੀ ਸੀ, ਉਸ ਤੋਂ ਬਾਅਦ ਉਹਨਾਂ ਨੇ ਸਿੰਗਿੰਗ ਕਰਨਾ ਸ਼ੁਰੂ ਕੀਤੀ ਹੈ। ਇਵਨ ਜੈਸਮਿਨ ਸੈਂਡਲਸ ਨੇ ਇਹ ਵੀ ਕਿਹਾ ਕਿ ਜਦੋਂ ਉਹ 4th ਕਲਾਸ ਦੇ ਵਿੱਚ ਪੜ੍ਹਦੀ ਸੀ, ਉਸ ਸਮੇਂ ਉਹ ਜਲੰਧਰ ਹੀ ਰਹਿ ਰਹੀ ਸੀ ਅਤੇ ਉਸ ਨੇ ਡਾਂਸ ਕਲਾਸ ਦੇ ਵਿੱਚ ਪਾਰਟ ਲਿੱਤਾ, ਬਟ ਉਹਨਾਂ ਦੇ ਟੀਚਰ ਨੇ ਉਸਨੂੰ ਸਿੰਗਿੰਗ ਕਲਾਸ ਦੇ ਵਿੱਚ ਭਰਤੀ ਕਰਵਾ ਦਿੱਤਾ। ਤੇ ਜੈਸਮਿਨ ਸੈਂਡਲਸ ਕਹਿੰਦੀ ਹੈ ਕਿ ਸ਼ਾਇਦ ਮੇਰੀ ਕਿਸਮਤ ਹੀ ਇਹੀ ਸੀ ਕਿ ਮੈਂ 뮤직 ਦੇ ਵਿੱਚ ਹੀ ਆਉਣਾ ਸੀ। ਇਸ ਦੇ ਨਾਲ ਹੀ ਜੈਸਮਿਨ ਸੈਂਡਲਸ ਨੇ ਆਪਣੀ ਐਜੂਕੇਸ਼ਨ ਦੇ ਬਾਰੇ ਵੀ ਗੱਲ ਕੀਤੀ। ਜੈਸਮਿਨ ਸੈਂਡਲਸ ਨੇ ਵੈਸੇ ਸਾਈਕੋਲੋਜੀ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਈ ਹੈ, ਪਰ ਇਸ ਦੇ ਨਾਲ ਹੀ ਜੈਸਮਿਨ ਨੇ ਦੱਸਿਆ ਕਿ 뮤직 ਦੇ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਟੀਚਰ ਵੀ ਸੀ। ਜੀ ਹਾਂ, ਸਹੀ ਸੁਣਿਆ ਤੁਸੀਂ, ਜੈਸਮਿਨ ਨੇ ਇਹ ਕਨਫੈਸ਼ਨ ਆਪਣੇ ਆਪ ਕੀਤਾ ਹੈ। ਦਰਅਸਲ ਜੈਸਮਿਨ ਸੈਂਡਲਸ ਨੂੰ ਜਦੋਂ ਉਹਨਾਂ ਦੇ ਐਜੂਕੇਸ਼ਨ ਬੈਕਗ੍ਰਾਉਂਡ ਦੇ ਬਾਰੇ ਪੁੱਛਿਆ ਗਿਆ ਤਾਂ ਜੈਸਮਿਨ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਤਾਂ ਲਾਇਰ ਸੀ ਐਂਡ ਉਹਨਾਂ ਦੀ ਮੰਮੀ ਟੀਚਰ ਸੀ, ਜਿਸ ਕਾਰਨ ਉਹਨਾਂ ਦੇ ਪਰਿਵਾਰ ਦੇ ਵਿੱਚ ਐਜੂਕੇਸ਼ਨ ਲੈਣਾ ਬਹੁਤ ਜ਼ਿਆਦਾ ਇੰਪੋਰਟੈਂਟ ਸੀ, ਜਿਸ ਕਰਕੇ ਜੈਸਮਿਨ ਸੈਂਡਲਸ ਨੇ ਪਹਿਲਾਂ ਸਾਈਕੋਲੋਜੀ ਦੇ ਵਿੱਚ ਬੈਚੁਲਰ ਕੀਤੀ ਐਂਡ ਈਵਨ ਉਹਨਾਂ ਨੇ ਪ੍ਰੀ ਲਾਅ ਵੀ ਕੀਤਾ ਹੈ, ਜਿਸ ਤੋਂ ਬਾਅਦ ਉਹਨਾਂ ਦੇ ਮੰਮੀ ਦਾ ਕਹਿਣਾ ਸੀ ਕਿ ਤੂੰ 뮤직 ਨਾਲ ਨਾਲ ਕਰ, ਪਰ ਤੇਰੀ ਐਜੂਕੇਸ਼ਨ ਵੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਜਿਸ ਕਰਕੇ ਜੈਸਮਿਨ ਸੈਂਡਲਸ ਨੇ ਕੈਲੀਫੋਰਨੀਆ ਦੇ ਵਿੱਚ ਐਜ਼ ਅ ਟੀਚਰ 2 ਸਾਲ ਛੋਟੇ ਬੱਚਿਆਂ ਨੂੰ ਪੜ੍ਹਾਇਆ ਹੈ। ਯਾਨੀ ਕਿ 뮤직 ਵਿੱਚ ਆਉਣ ਤੋਂ ਪਹਿਲਾਂ ਜੈਸਮਿਨ ਸੈਂਡਲਸ ਐਜੂਕੇਸ਼ਨ ਦੇ ਵਿੱਚ ਵੀ ਆਪਣਾ ਕਰੀਅਰ ਬਣਾਉਣ ਦਾ ਸੋਚ ਰਹੀ ਸੀ, ਬਟ ਟੀਚਰ ਹੋਣ ਦੇ ਨਾਲ ਨਾਲ ਉਹਨਾਂ ਨੇ ਆਪਣਾ 뮤직 ਦੇ ਵਿੱਚ ਵੀ ਧਿਆਨ ਦਿੱਤਾ ਐਂਡ 뮤직 ਦੇ ਵਿੱਚ ਵੀ ਉਹਨਾਂ ਨੇ ਤਰੱਕੀਆਂ ਹਾਸਲ ਕੀਤੀਆਂ ਅਤੇ ਅੱਜ ਅਸੀਂ ਦੇਖ ਸਕਦੇ ਹਾਂ ਕਿ ਜੈਸਮਿਨ ਸੈਂਡਲਸ ਪੰਜਾਬੀ ਇੰਡਸਟਰੀ ਐਂਡ ਬਾਲੀਵੁੱਡ ਦੀ ਟੌਪ ਸਿੰਗਰ ਬਣ ਚੁੱਕੀ ਹੈ। ਹਾਲ ਹੀ ਦੇ ਵਿੱਚ ਗੱਲ ਕਰੀਏ ਤਾਂ ਜੈਸਮਿਨ ਸੈਂਡਲਸ ਦਾ ਇੱਕ ਗਾਣਾ ਆਇਆ, ਤਰਸ ਨਾ ਆਇਆ ਤੁਝਕੋ, ਜੋ ਕਿ ਇਸ ਸਮੇਂ ਕਾਫੀ ਜ਼ਿਆਦਾ ਹਿੱਟ ਚੱਲ ਰਿਹਾ ਹੈ। ਇਹ ਗਾਣਾ ਮੁੰਜਿਆ ਫਿਲਮ ਦੇ ਵਿੱਚ ਆਇਆ ਐਂਡ ਜੈਸਮਿਨ ਸੈਂਡਲਸ ਦਾ ਇੱਕ ਗਾਣਾ ਇਸ ਸਮੇਂ ਕਾਫੀ ਸੁਪਰ ਡੁਪਰ ਹਿੱਟ ਹੋਇਆ ਐਂਡ ਜੈਸਮਿਨ ਸੈਂਡਲਸ ਇਸ ਸਮੇਂ ਹੋਰ ਵੀ ਕਈ ਸਾਰੇ ਗਾਣਿਆਂ ਦੇ ਉੱਤੇ ਕੰਮ ਕਰ ਰਹੀ ਹੈ।